क्यों नहीं हो तो भैया 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 कल दिस गए ना उड़ जाओ जाओ ना कंत पार गया रे जी हमारा रिजर्वदार है जल से सरकार कादर जिगर तुसी खोखो गए तोटा आही कसूर है तुसी पंजाब से की लेन आ गए सारे काम की तुसी कब्जा कर लिया ऑटो ठेके जीरी कोई काम ऐसा है ही नहीं जेड़ा तुसी उड़ जाओ कल भैया चक के ना झोले दे सारे ही पंजाबी नु कहने वास्ते भी इन्हें कड्डो इतो बार भैया मास्टर तुम्हारे गंद पा रहे थे कि ना कल्लू कल्ले इन्हें नहीं सारे पंजाब च कब्जा कर रखे इन्होंने हमारे बच्चे सारे नहीं कराया होया इन्होंने गंद पाया होया लुधियाना दा पूरा दबी रखे इन्होंने सारे दा सारे ही कल्ले कल्ले पिंड च कल्ले कल्ले शहर च दबलांगे सानू माफ कर दे सर बस बहुत ऐश कर ली पंजाब च बस चलो तुसी ए नीवी पा के ना खड़ा होए खड़ा ना भैया ना 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 सरदार ना जी ना सरदार जी ना ना सरदार जी ना ना सरदार जी ना गंद पार गया खड़ा हो लड़ा हो की गंद पाया पहला दसो यार गंद पाया हो ਹੋਰ ਕੀ ਕਰਾਉਣਾ ਇਹਨਾਂ ਤੋਂ ਇਹਨਾਂ ਦਾ ਕੰਮ ਜੇ ਕੰਮ ਨਹੀਂ ਬਈ ਕੀ ਗੰਦ ਪਾਇਆ ਇਹਨਾਂ ਨੇ ਇਹ ਤਾਂ ਦੱਸ ਦੋ ਕੀ ਗੰਦ ਪਾਇਆ ਜਾਂਦਾ ਆਪਣੇ ਕਿਸੇ ਨੂੰ ਕੰਮ ਆਪਣੇ ਬੰਦੇ ਦਾ ਵੇਲੇ ਫਿਰਦੇ ਨੇ ਯਾਰ ਬਈ ਐਂ ਦੱਸ ਤੁਸੀਂ ਐਂ ਕਹਿੰਦੇ ਵੀ ਵੀ ਪੰਜਾਬ ਚ ਕਿਉਂ ਆ ਗਏ ਤੁਹਾਡੇ ਚ ਕੋਈ ਬਾਹਰ ਹੈਗਾ ਤੁਹਾਡਾ ਕੋਈ ਮੁੰਡਾ ਜਾਂ ਕੋਈ ਭਰਾ ਤੇ ਸਭ ਦੀ ਬਾਹਰ ਨੇ ਮੇਰੀ ਮਾਸੀ ਦਾ ਮੁੰਡਾ ਬਾਹਰ ਹੈ ਇਹਦਾ ਭਾਈ ਬਾਹਰ ਜਾ ਰਿਹਾ ਹੈ ਜੇ ਉਹਦੇ ਨਾਲ ਕੋਈ ਬਾਹਰਲੇ ਦੇਸ਼ ਚ ਐਵੇਂ ਕਰੇ ਜਿਵੇਂ ਤੁਸੀਂ ਇਹਨਾਂ ਨਾਲ ਸਲੂਕ ਕਰਨ ਲੱਗ ਰਹੇ ਫੇਰ ਉਹਦਾ ਕੰਮ ਕਰਨ ਗਏ ਨੇ ਇਹਨਾਂ ਨੇ ਕਬਜ਼ਾ ਕਰਨ ਇਹ ਵੀ ਕੰਮ ਕਰਨ ਆਏ ਨੇ ਬਾਈ ਉਹ ਵੀ ਜੇ ਕੰਮ ਕਹਿਣਾ ਆਪਾਂ ਨੂੰ ਵੀ ਕਬਜ਼ਾ ਕਰਨ ਆ ਗਏ सारी दुनिया ओह चीज पिछे लड़दी है भी भाइयां नूं डक्करो पंजाब च बाहरले देश च अपने जवाक भी कम करन जांदी ने तुसीं सरकार तों एक चीज मंगो भी बाहरले स्टेट का बंदा आके साडे स्टेट च आके जमीन ना खरीद सके ਕੰਮ ਤਾਂ ਕੋਈ ਵੀ ਕਰ ਸਕਦਾ ਜਦੋਂ ਕੰਮ ਕਰਨੇ ਬਾਹਰਲੇ ਲੋਕ ਆ ਕੇ ਦੋਨਾਂ ਆਪਣੇ ਪੰਜਾਬ ਦੀ ਮਤਲਬ ਕਿ ਛਾਣ ਹੀ ਵਧੂਗੀ ਸੱਚੀ ਹੈ ਭੁੱਖੇ ਮਰ ਜਾਣਗੇ ਡੱਕਾ ਤੋਂ ਤੁਸੀਂ ਉਹ ਚੀਜ਼ ਪਿੱਛੇ ਲੜੋ ਵੀ ਜ਼ਮੀਨ ਨਾ ਖਰੀਦ ਸਕੇ ਕੋਈ ਬਾਹਰਲੇ ਸਟੇਟ ਦਾ ਬੰਦਾ ਆ ਕੇ ਹਾਂ ਹੋਰ ਮੇਰੇ ਵਾਲਾ ਤਾਂ ਆਪ ਕਹਿੰਦਾ ਇਕੱਲਾ ਟਰੈਕਟਰ ਚਲਾਉਂਗਾ ਕਸੀ ਤਾਂ ਇੱਥੇ ਚੱਲਦੀ ਸਹੀ ਗੱਲ ਹੈ ਆਪਣੇ ਮੰਡੀਰ ਲਾਤੀ ਇਹਨਾਂ ਨੇ ਚਿੱਟੇ ਤੇ ਇਹਨਾਂ ਨੂੰ ਐ ਵੀ ਬਾਹਰਲੇ ਬੰਦੇ ਆ ਕੇ ਆਪਾਂ ਉਹ ਜ਼ਮੀਨ ਨਾ ਖਰੀਦੀਏ ਤੁਸੀਂ ਇੱਕ ਚੀਜ਼ ਪਿੱਛੇ ਲੜੋ ਵੀ ਬਾਹਰਲਾ ਬੰਦਾ ਆ ਕੇ ਉਹ ਜ਼ਮੀਨ ਨਾ ਖਰੀਦ ਸਕੇ ਐ ਨਾ ਲੜੋ ਵੀ ਉਹਦੇ ਭਈਆ ਆ ਕੇ ਨਾ ਕੰਮ ਕਰੇ ਹੁਣ ਸਾਰਾ ਪੰਜਾਬ ਭਈਆਂ ਪਿੱਛੇ ਪਿਆ ਵੀ ਪੰਜਾਬ ਚ ਕਿਉਂ ਆ ਗਏ ਤੁਸੀਂ ਇੱਕ ਚੀਜ਼ ਪਿੱਛੇ ਸਰਕਾਰ ਨਾਲ ਮੁੱਦਾ ਚੱਕੋ ਵੀ ਬਾਹਰਲਾ ਬੰਦਾ ਸਟੇਟ ਚ ਆ ਕੇ ਜ਼ਮੀਨਾਂ ਖਰੀਦ ਸਕੇ ਇਹ ਰੂਲ ਬਣਾਓ ਗੱਲ ਸਹੀ ਗੱਲ ਜਿਵੇਂ ਕੈਨੇਡਾ ਚ ਆਪਾਂ ਹੁਣ ਜ਼ਮੀਨ ਖਰੀਦ ਨਹੀਂ ਸਕਦੇ ਉੱਥੇ ਰੂਲ ਬਣਾਇਆ ਇਹ ਗੱਲ ਤਾਂ ਤੇਰੀ ਬਈ ਸਹੀ ਹੈ ਇਹਨਾਂ ਦਾ ਵਿਚਾਰੇ ਮਜ਼ਦੂਰਾਂ ਦਾ ਇਹਨਾਂ ਤੇ ਆਪਾਂ ਜ਼ੁਲਮ ਕਰਦੇ ਆ ਯਾਰ ਗਲਤੀ ਹੋ ਗਈ ਬਈ ਸਾਡੇ ਤੋਂ ਹਾਂਜੀ ਦੋਸਤੋ ਆਪਾਂ ਇੱਕ ਛੋਟੀ ਜਿਹੀ ਵੀਡੀਓ ਰਾਹੀਂ ਬਈ ਮੈਸੇਜ ਦੇਣ ਦੀ ਕੋਸ਼ਿਸ਼ ਕੀਤੀ ਹੈ ਵੀ ਜਿਵੇਂ ਕੋਈ ਵੀ ਪ੍ਰਦੇਸ਼ ਦਾ ਬੰਦਾ ਆ ਕੇ ਆਪਣੇ ਪੰਜਾਬ ਚ ਕੰਮ ਕਰਦਾ ਉਹ ਕੋਈ ਗਲਤ ਗੱਲ ਨਹੀਂ ਹੈਗੀ ਜਿਵੇਂ ਆਪਣੇ ਬੱਚੇ ਵੀ ਬਾਹਰ ਜਾਂਦੇ ਨੇ ਕੰਮ ਕਰਨਾ ਆਪਾਂ ਜੇ ਆਪਣੇ ਬੱਚਿਆਂ ਨਾਲ ਇਹ ਸਲੂਕ ਕਰਨਾ ਆਪਾਂ ਮੁੱਦੇ ਚੱਕ ਲਾਂਗੇ ਸਰਕਾਰਾਂ ਨਾਲ ਲੜਾਂਗੇ ਵੀ ਸਾਡੇ ਜਵਾਕਾਂ ਨੂੰ ਐਂ ਹੋ ਗਿਆ ਵਾਹ ਹੋ ਗਿਆ ਤੁਸੀਂ ਇੱਕ ਚੀਜ਼ ਦਾ ਮੁੱਦਾ ਚੱਕੋ ਸਰਕਾਰ ਨੂੰ ਵੀ ਪੰਜਾਬ ਦੀ ਪ੍ਰਾਪਰਟੀ ਕੋਈ ਖਰੀਦ ਨਾ ਸਕੇ ਬਾਹਰਲਾ ਬੰਦਾ ਆ ਕੇ ਇਹ ਰੂਲ ਬਣਾਓ ਤਾਂ ਪੰਜਾਬ ਬਚ ਸਕੂਗਾ ਨਹੀਂ ਆ ਕੇ ਸਾਰੋਂ ਵੱਡੇ ਜਿਹੜੇ ਹੈਗੇ ਨੇ ਬਿਜ਼ਨਸਮੈਨ ਉਹਦੇ ਪੰਜਾਬ ਦੀ ਪ੍ਰਾਪਰਟੀ ਖਰੀਦਣਗੇ ਸਾਰੀ ਕਿਉਂਕਿ ਇਹ ਆਮ ਬੰਦੇ ਥੋੜ੍ਹੀ ਖਰੀਦਣਗੇ ਬਾਈ ਜਿਹੜੇ ਵੱਡੇ ਆ ਗਏ ਅਡਾਨੀ ਹੋ ਰਹੀ ਉਹਨਾਂ ਦੇ ਰੂਲ ਬਣਾਓ ਸਰਕਾਰ ਨੂੰ ਕਹੋ ਵੀ ਬਾਹਰਲਾ ਬੰਦਾ ਆ ਕੇ ਯਾਰ ਪੰਜਾਬ ਦੀ ਕੋਈ ਚੀਜ਼ ਖਰੀਦੇ ਨਾ ਸਕੇ ਪ੍ਰਾਪਰਟੀ ਜਿਵੇਂ ਜ਼ਮੀਨਾਂ ਆਪਣੀਆਂ ਨੇ ਠੀਕ ਹੈ ਦੋਸਤੋ ਵੀਡੀਓ ਦੇਖਣ ਲਈ ਧੰਨਵਾਦ।